ਤੇ ਪੀਤੀ ਖਾਸ ਕਰਕੇ ਰਾਜਾਸਾਂਸੀ ਹਲਕੇ ਦੇ ਵਿੱਚ ਦਿਖਾਓ ਜੀ ਹੁਣ ਦਿਖਾਓ ਰਾਜਾਸਾਂਸੀ ਹਲਕੇ ਦੇ ਵਿੱਚ ਔਰ ਦਿਖਾਓ ਜੀ ਸਾਹਮਣੇ ਔਰ ਉਹਨੇ ਸਾਹਮਣੇ ਦਿਖਾਣਾ ਸਾਹਮਣੇ ਦਿਖਾ ਦਿਓ ਜੀ ਮੁੰਡਾ ਬਲਦੇਵ ਸਿੰਘ ਮਿਆਦੀਆਂ ਹੁਣ ਦੇ ਮੈਣਾ ਹੈ ਪੰਗਰੇਡ ਪੰਜਾਬ ਦਾ ਉਹਦੇ ਨਾਲ ਕਿਉਂਕਿ ਉਹਦਾ ਖਾਸੋ ਖਾਸ ਹੈ ਉਹਦੇ ਨਾਲ ਰਹਿੰਦਾ ਆ ਆ ਤੁਹਾਡੇ ਸਾਹਮਣੇ ਹੈ ਕਿ ਇਹ ਆ ਮਿਆਦੀਆ ਸਾਹਿਬ ਨੇ ਤੇ ਆ ਤੇਜਵੀਰ ਸਿੰਘ ਹੈ ਦਿਖਾਓ ਇਹ ਵਾਰੀ ਫਿਰ ਸੱਜਾ ਹੱਥ ਬਣ ਕੇ ਖੜੋਤੇ ਹੈ ਅੱਗੇ ਆ ਜਾਓ ਤੀਜੀ ਫੋਟੋ ਇੱਕ ਥਾਂ ਤੇ ਉਦਘਾਟਨ ਕਰ ਰਹੇ ਆ ਹਾਂਜੀ ਮਿਆਦੀਆ ਸਾਹਿਬ ਸਿੱਧੀ ਕਰਾਂ ਜੀ ਹੋਲਡ ਕਰ ਲਿਆ ਫੋਟੋ ਮਿਆਦੀਆ ਸਾਹਿਬ ਬਲਦੇਵ ਸਿੰਘ ਮਿਆਦੀਆਂ ਆਮ ਆਮ ਆਦਮੀ ਪਾਰਟੀ ਦਾ ਆਗੂ ਹਲਕਾ ਇੰਚਾਰਜ ਰਾਜਾਸਾਂ ਸੀ ਤੇ ਮੌਜੂਦਾ ਚੇਅਰਮੈਨ ਬਣ ਗਏ ਕਿ ਜਿਹੜੇ ਲੋਕ ਸੱਤਾ ਚ ਨੇ ਜਿਨ੍ਹਾਂ ਦੀ ਸਰਕਾਰ 2022 ਚ ਬਣੀ ਹੈ ਤੇ ਜਿਨ੍ਹਾਂ ਦੀ ਮਦਦ ਕੀਤੀ ਹੈ ਤੇਜਵੀਰ ਸਿੰਘ ਨੇ ਤੇ ਅੱਜ ਐਸੇ ਸਾਲ ਦੀ 10 ਮਾਰਚ 2023 ਦੀ ਆ ਥੋੜਾ ਸਮਾਂ ਕਿ ਇਹਨਾਂ ਦੀ ਔਰ ਉਹ ਬਣ ਗਏ लाइव कैमरा कि ਸਨਮਾਨ ਬਹੁਤ ਵੱਡਾ ਸਨਮਾਨ ਹੈ ਕਾਰ ਸੇਵਾ ਬੜੇ ਮਹਾਂਪੁਰਸ਼ ਬਾਬਾ ਦੇਵ ਸਿੰਘ ਜੀ ਵੱਲੋਂ ਪਹਿਲਵਾਨ ਬਾਬਾ ਹਰਭਜਨ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਸੱਚਖੰਡ ਵਾਸੀ ਪਰ ਪਤਾ ਨਹੀਂ ਆਮ ਆਦਮੀ ਪਾਰਟੀ ਨੇ ਮਾਲਵਿੰਦਰ ਸਿੰਘ ਕੰਗ ਨੂੰ ਰੱਖਿਆ ਹੀ ਇਸੇ ਕਰਕੇ ਹੈ ਕਿ ਝੂਠ ਕਿਵੇਂ ਪਰੋਸਣਾ ਹੈ ਤੇ ਜਾਂ ਤਾਂ ਇਹ ਹੈ ਕਿ ਇੱਕ ਝੂਠ ਤਿਆਰ ਕਰਨ ਵਾਲੀ ਮਸ਼ੀਨ ਹੈ ਉਹ ਕਿਤੇ ਸੀ ਐਮ ਹਾਊਸ 'ਚ ਬੈਠੀ ਹੈ ਤੇ ਉਹ ਮਸ਼ੀਨ ਫੜਾ ਕੇ ਜਿਹੜੀ ਝੂਠਦੀ ਹੈ ਮਾਲਵਿੰਦਰ ਸਿੰਘ ਕੰਗ ਨੂੰ ਜਿਹੜਾ ਤੋੜ ਦਿੱਤਾ ਜਾਂਦਾ ਕਿ ਜਾ ਚਾੜ ਦੇ ਚੰਦ ਨਾ ਕੋਈ ਤੱਥਾਂ ਦੀ ਗੱਲ ਚੱਲਦੀ ਹੈ ਨਾ ਕੋਈ ਸੱਚ ਦੀ ਗੱਲ ਚੱਲਦੀ ਹੈ ਕੇਵਲ ਤੇ ਕੇਵਲ ਝੂਠ ਦੇ ਆਸਰੇ ਜਿਹੜਾ ਨੱਪ ਕੇ ਲਈ ਦਿੰਦੇ ਆ ਅੱਜ ਵੀ ਜੋ ਕੁਛ ਤਮਾਸ਼ਾ ਕੀਤਾ ਜਾ ਰਿਹਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਲੋਕ ਤੁਹਾਡਾ ਰੋਜ਼ ਜਲੂਸ ਕੱਢਦੇ ਆ ਨਸ਼ੇ ਨੂੰ ਲੈ ਕੇ ਹਾਂਜੀ ਤੇ ਤੁਸੀਂ ਉਲਟਾ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕਰ ਰਹੇ ਜੀ ਹੁਣ ਤੇਜਵੀਰ ਸਿੰਘ ਨਾਂ ਦਾ ਕੋਈ ਮੁੰਡਾ ਫੜਿਆ ਕੀ ਮਸਲਾ ਹੈ ਕੀ ਨਹੀਂ ਮਸਲਾ ਸਾਡਾ ਕੋਈ ਇਲਾਕਾ ਦੇਗਾ ਨਹੀਂ ਗਾ ਇੱਥੇ ਭਰਾ ਦੀ ਭਰਾ ਸੌਂ ਨਹੀਂ ਦੇ ਸਕਦਾ ਪਰ ਅੱਜ ਤੋਂ 4-5 ਸਾਲ ਪੁਰਾਣੀ ਆਪਾਂ ਗੱਲ ਕਰੀਏ ਜੀ ਤੇਜਵੀਰ ਸਿੰਘ ਨਾਂ ਦਾ ਇੱਕ ਬੰਦਾ ਸੀਗਾ ਜਿਹਨੂੰ ਐਸ ਓ ਆਈ ਨੇ ਜ਼ਿਲ੍ਹਾ ਦਿਹਾਤੀ ਦਾ ਅੰਮ੍ਰਿਤਸਰ ਦਾ ਪ੍ਰਧਾਨ ਲਾਇਆ ਸੀਗਾ ਤੇ ਲਾਇਆ ਵੀ ਕਿੰਨੇ ਚਿਰ ਵਾਸਤੇ 19 ਅਪ੍ਰੈਲ ਨੂੰ ਲਾਇਆ ਤੇ 26 ਅਪ੍ਰੈਲ ਨੂੰ ਢਾਂਚਾ ਭੰਗ ਹੋ ਗਿਆ ਤੇ ਉਹ ਘਰ ਨੂੰ ਤੁਰਦਾ ਬਣਿਆ ਤੇ ਥੋੜੇ ਸਮੇਂ ਬਾਅਦ ਹੀ ਇੱਕ ਰਾਣਾ ਕੰਦੋਵਾਲੀਆ ਦਾ ਕਤਲ ਹੁੰਦਾ ਤੇ ਕਤਲ ਦੇ ਵਿੱਚ ਉਹਦੀ ਜਿਹੜੀ ਆ ਨਾਲ ਕਹਾਣੀ ਸਾਹਮਣੇ ਆਉਂਦੀ ਹੈ ਵੀ ਫਟੜ ਹੁੰਦਾ ਤੇ ਉਸ ਸਮੇਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਿਆ ਤੇ ਨਾ ਉਹਨੇ ਹੀ ਰੱਖਿਆ ਉਲਟਾ ਕੀ ਹੈ ਹੁਣ ਕੰਗ ਸਾਹਿਬ ਸੁਣਿਆ ਜੇ ਝਾੜੂ ਵਾਲੇ ਹੋ ਸੁਣਿਆ ਜੇ ਸੱਚ ਕੀ ਹੈ ਕਿ ਜਿਹੜਾ ਤੇਜਵੀਰ ਸਿੰਘ ਹੈ ਨਾ ਜਿਹਦੇ ਤੁਸੀਂ ਚਟਕਾਰੇ ਲੈ ਲੈ ਕੇ ਗੱਲਾਂ ਕਰਦੇ ਜੇ ਤੇ ਆ ਸੌਦਾ ਵੇਚ ਕੇ ਆਇਆ ਤੇ ਆ ਡੀਲ ਕਰਕੇ ਆਇਆ ਤੇ ਚੰਗਾ ਕਰਕੇ ਆਇਆ ਆ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਤੇਜਵੀਰ ਸਿੰਘ ਹੈ ਉਹਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਖਾਸ ਕਰਕੇ ਰਾਜਾਸਾਂਸੀ ਹਲਕੇ ਦੇ ਵਿੱਚ ਰਾਜਾਸਾਂਸੀ ਹਲਕੇ ਦੇ ਵਿੱਚ ਔਰ ਉਹਨੇ ਆ ਬਲਦੇਵ ਸਿੰਘ ਮਿਆਦੀਆਂ ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਆ ਰਾਜਾਸਾਂਸੀ ਤੋਂ ਤੇ ਚੇਅਰਮੈਨ ਹੈ ਪੰਗਰੇਡ ਪੰਜਾਬ ਦਾ ਉਹਦੇ ਨਾਲ ਕਿਉਂਕਿ ਉਹਦਾ ਖਾਸੋ ਖਾਸ ਹੈ ਉਹਦੀ ਮਦਦ ਕੀਤੀ ਹੈ ਉਹਦੇ ਨਾਲ ਰਹਿੰਦਾ ਆ ਆ ਤੁਹਾਡੇ ਸਾਹਮਣੇ ਹੈ ਕਿ ਇਹ ਆ ਮਿਆਦੀਆ ਸਾਹਿਬ ਨੇ ਤੇ ਆ ਤੇਜਵੀਰ ਸਿੰਘ ਹੈ
ਇਹ ਜਿਹੜੇ ਆ ਆਹ ਮਿਆਦੀਆਂ ਸਾਹਿਬ ਨੇ ਤੇ ਨਾਲ ਹੀ ਤੇਜਵੀਰ ਹੈ। ਅੱਗੇ ਤੁਸੀਂ ਆ ਜਾਓ ਅਗਲੀ ਫੋਟੋ 'ਚ ਵੀ ਹੈ ਸੱਜਾ ਹੱਥ ਬਣ ਕੇ ਖੜੋਤੇ ਹੈ। ਅੱਗੇ ਆ ਜਾਓ ਤੀਜੀ ਫੋਟੋ ਇੱਕ ਥਾਂ 'ਤੇ ਉਦਘਾਟਨ ਕਰ ਰਹੇ ਆ। ਹਾਂਜੀ ਮਿਆਦੀਆਂ ਸਾਹਿਬ ਮਿਆਦੀਆਂ ਸਾਹਿਬ ਬਲਦੇਵ ਸਿੰਘ ਮਿਆਦੀਆਂ ਆਮ ਆਮ ਆਦਮੀ ਪਾਰਟੀ ਦਾ ਆਗੂ ਹਲਕਾ ਇੰਚਾਰਜ ਰਾਜਾ ਸਾਂ ਸੀ ਤੇ ਮੌਜੂਦਾ ਚੇਅਰਮੈਨ ਪਨਗਰੇ ਉਹ ਤੇਜਵੀਰ ਸਿੰਘ ਦੇ ਨਾਲ ਉਦਘਾਟਨ ਕਰ ਰਿਹਾ। ਇਹ ਹੈਗੀਆਂ ਹੁਣ ਤੁਸੀਂ ਦੱਸ ਦਿਓ ਕਿ ਜਿਹੜੇ ਲੋਕ ਸੱਤਾ 'ਚ ਨੇ ਜਿਨ੍ਹਾਂ ਦੀ ਸਰਕਾਰ 2022 'ਚ ਬਣੀ ਹੈ ਅਤੇ ਜਿਨ੍ਹਾਂ ਦੀ ਮਦਦ ਕੀਤੀ ਹੈ ਤੇਜਵੀਰ ਸਿੰਘ ਨੇ ਅਤੇ ਅੱਜ ਉਹਨਾਂ ਦੇ ਸੱਜੇ ਖੱਬੇ ਬਹਿੰਦਾ ਸਾਧ ਕਿਨ ਸੰਤ ਕਿਨ ਦੇ ਨਾਲ ਆ। ਹੁਣ ਆਹ ਤੁਹਾਨੂੰ ਵੀਡੀਓ ਸੁਣਾ ਦਿੰਦੇ ਇੱਕ ਪ੍ਰੋਗਰਾਮ ਦੀ ਹੈ ਇਸੇ ਸਾਲ ਦੀ ਹੈ 10 ਮਾਰਚ 2023 ਦੀ ਥੋੜਾ ਸਮਾਂ ਪਹਿਲਾਂ ਦੀ ਔਰ ਪਹਿਲਾਂ ਸਕੋਰ ਬੋਰਡ ਵਾਲਾ ਵੀਰ ਕਿੱਥੇ ਆ ਯਾਰ ਬਈ ਸਾਡਾ ਆਪਾਂ ਲਾਈਵ ਵਾਲਾ ਕੈਮਰਾ ਕਿੱਥੇ ਆ ਭਰਾ ਮੇਰਿਓ ਲਾਈਵ ਵਾਲਾ ਕੈਮਰਾ ਕਿੱਥੇ ਆਪਾਂ ਬੈਸਟ ਵੀ ਦੱਸ ਦਈਏ ਤੇ ਸਕੋਰ ਵੀ ਦੱਸ ਦਈਏ ਸ਼ੇਰੇ ਵੀਰ ਆ ਕਰੀਏ ਐਲਾਨ ਭਰਾ ਮੇਰਿਓ ਆਹ ਸਨਮਾਨ ਬਹੁਤ ਵੱਡਾ ਸਨਮਾਨ ਹੈ ਕਾਰ ਸੇਵਾ ਵਾਲੇ ਮਹਾਂਪੁਰਸ਼ ਸੁਖਦੇਵ ਸਿੰਘ ਜੀ ਵੱਲੋਂ ਪਹਿਲਵਾਨ ਬਾਬਾ ਹਰਭਜਨ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਸੱਚਖੰਡ ਵਾਸੀ ਉਹਨਾਂ ਦੇ ਨਾਂ ਤੋਂ ਬਹੁਤ ਵੱਡਾ ਸਤਿਕਾਰ ਜਿਹੜਾ ਬਹੁਤ ਵੱਡਾ ਪਿਆਰ ਦਿੱਤਾ। ਇਹਦੇ 'ਚ ਲਗਭਗ 40 ਜਿਹੜੇ ਆ ਸਨਮਾਨ ਵੰਡੇ ਗਏ 40 ਤੋਂ ਸ਼ਾਇਦ ਵੱਧ ਹੀ ਹੋਣ ਜਿੰਨੇ ਕਿ ਅਸੀਂ ਗਿਣਤੀ ਮਾਰੀ ਹੈ ਉਹ 40 ਦੀਆਂ 40 ਸਨਮਾਨਾਂ ਦੇ ਵਿੱਚ ਬਾਕੀ ਤਾਂ ਟੀਮ ਬਦਲਦੀ ਰਹੀ ਹੈ ਲੈਣ ਵਾਲੇ ਤੇ ਵੰਡਣ ਵਾਲੇ ਬਲਦੇਵ ਸਿੰਘ ਮਿਆਦੀਆਂ ਅਤੇ ਤੇਜਵੀਰ ਸਿੰਘ ਨੇ ਇੱਥੋਂ ਤੁਸੀਂ ਹਿਸਾਬ ਲਾ ਲਓ। ਹੁਣ ਇਸ ਗੱਲ ਦਾ ਜਵਾਬ ਦਿਆ ਜੇ ਕੰਗ ਸਾਹਿਬ ਕੀ ਨਾਂ ਉਹਦਾ ਮਾਲਵਿੰਦਰ ਕੰਗ ਮਾਲਵਿੰਦਰ ਕੰਗ ਅਤੇ ਜਿਹੜੀ ਆ ਝਾੜੂ ਵਾਲੀ ਚਲੋ ਸਾਨੂੰ ਤਾਂ ਨਹੀਂ ਸੀ ਪਤਾ ਉਦੋਂ ਵੀ ਬੰਦੇ 'ਚ ਕੋਈ ਨੁਕਸ ਆ ਉਦੋਂ ਹੈ ਵੀ ਨਹੀਂ ਸੀਗਾ ਐਵੇਂ ਕਹਿ ਦਈਏ ਨੁਕਸ ਜਦੋਂ ਇਹ ਸੱਤਾ 'ਚ ਆਏ ਆ ਇਹਨਾਂ ਨਾਲ ਸਾਂਝ ਪਈ ਹੈ ਤਦ ਹੀ ਨੁਕਸ ਆਇਆ ਸਾਹੀ ਤੇ ਉਦੋਂ ਇਹਨੂੰ ਪ੍ਰਧਾਨ ਬਣਾਇਆ ਜਦੋਂ ਇਹ 'ਚ ਨੁਕਸ ਕੋਈ ਨਹੀਂ ਸੀ ਤੁਸੀਂ ਤੇ ਮੋਹਰੇ ਹੋ ਜਿਨ੍ਹਾਂ 'ਤੇ ਸਮਗਲਿੰਗ ਦੇ ਪਰਚੇ ਦਰਜ ਹੋਏ ਜਿਹੜਾ ਸਾਰਾ ਸਾਰਾ ਟੱਬਰ 7-7 ਜੀ ਜਿਹੜੇ ਨੇ ਜੇਲ੍ਹ ਦੇ ਵਿੱਚ ਬੈਠੇ ਆ ਕਿਸੇ ਤੋਂ 5 ਕਿਲੋ ਫੜੀ ਗਈ ਕਿਸੇ ਤੋਂ 4 ਕਿਲੋ ਫੜੀ ਗਈ ਅਤੇ ਜਿਸ ਵਿਅਕਤੀ ਦੇ ਉੱਤੇ ਖੁਦ ਦੇ ਉੱਤੇ ਜਨਰਲ ਸਮਗਲਿੰਗ ਦਾ ਮੁਕੱਦਮਾ ਦਰਜ ਹੋਇਆ ਹੋਵੇ ਮੇਰਾ ਕਹਿਣ ਦਾ ਮਤਲਬ ਹੈ ਸਰਵਣ ਸਿੰਘ ਧੁਨ ਉਹਦੇ ਉੱਤੇ ਮਾਰਚ 2002 ਨੂੰ ਹਰੀਕੇ ਥਾਣੇ 'ਚ ਜਨਰਲ ਸਮਗਲਿੰਗ ਦਾ ਸਮੈਕ ਹੈਰੋਇਨ ਅਫੀਮ ਅਤੇ ਨਜਾਇਜ਼ ਅਸਲੇ ਦੀ ਸਮਗਲਿੰਗ ਕਰਨ ਦਾ ਮੁਕੱਦਮਾ ਦਰਜ ਹੋਇਆ 23 ਮਾਰਚ 2002 'ਚ ਅਤੇ ਅੱਧਾ ਪਰਿਵਾਰ ਜਿਹੜਾ ਉਹਦਾ 7-4 ਭਰਾ ਅਤੇ ਮੇਰਾ 3 ਕੁ ਭਤੀਜੇ ਆ ਉਹ ਕਿਸੇ ਤੋਂ 5 ਕਿਲੋ ਫੜੀ ਗਈ ਕਿਸੇ ਕੋਲ 4 ਫੜੀ ਗਈ ਕਿਸੇ ਕੋਲ 2 ਫੜੀ ਗਈ ਅਤੇ ਮੇਰਾ ਖਿਆਲ 3-4 10-10 ਸਾਲ ਦੀ ਸਜ਼ਾ ਵੀ ਹੋਈ ਹੈ। ਔਰ ਜਿਹੜੇ ਸਰਵਣ ਸਿੰਘ ਧੁਨ ਨੇ ਉਹ ਜਦੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਕੀਤੇ ਜਾਂਦੇ ਨੇ ਉਸ ਤੋਂ ਪਹਿਲਾਂ ਖੇਮਕਰਨ ਹਲਕੇ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉਹਨਾਂ ਨੇ ਸਾਰੇ ਤੱਥ ਜਿਹੜੇ ਹੈ ਉਹ ਹਾਈ ਕਮਾਂਡ ਨੂੰ ਚੱਡਾ ਜੀ ਨੂੰ ਅਤੇ ਜਰਨੈਲ ਸਿੰਘ ਹੋਰਾਂ ਨੂੰ ਦਿੱਤੇ ਵੀ ਭਾਈ ਇਹ ਫੈਮਿਲੀ ਅਤੇ ਆਪ ਇਹ ਜਿਹੜਾ ਬੰਦਾ ਹੈ ਸਰਵਣ ਸਿੰਘ ਇਸ ਤਰ੍ਹਾਂ ਦਾ ਜੇ ਅਤੇ ਤੁਸੀਂ ਉਹਦੇ ਬਾਵਜੂਦ ਇੱਕ ਸਮਗਲਿੰਗ ਦੇ ਕੇਸ 'ਚ ਨਾਮਜ਼ਦ ਕੀਤਾ ਹੋਇਆ ਅਤੇ ਜਿਹਦਾ ਸਾਰਾ ਪਰਿਵਾਰ ਸਮਗਲਿੰਗ ਕਰਦਾ ਆ ਉਹਨੂੰ ਟਿਕਟ ਦੇ ਤੀ ਤੁਹਾਨੂੰ ਤਾਂ ਪਤਾ ਸੀ ਨਾ ਸਾਨੂੰ ਤਾਂ ਨਹੀਂ ਪਤਾ ਅਤੇ ਤੇਜਵੀਰ ਸਿੰਘ ਤਾਂ ਉਦੋਂ ਹੈ ਵੀ ਗੱਲ ਕੋਈ ਨਹੀਂ ਸੀ ਅਤੇ ਗੱਲਾਂ ਤਾਂ ਹੁਣ ਸਾਹਮਣੇ ਆਈ ਉਹਦੀ
तो तुहाडे नाल सांझ पई है। तो जदों सरवण सिंह तुहानूं तुसां टिकट दित्ती तो किहड़े किहड़ा पैमाना रखिया सी? उहदे परिवार की बैकग्राउंड, उहदी खुद की बैकग्राउंड उहने चैक कीती? इह हैगे जी सरदार सरवण सिंह धुन, जिन्हां नूं अपने राघव चड्डा जी ते मीत हेर जी शामिल कर रहे। ठीक है जी, हो गई, अगे आ जाओ। आ इन्हां दे परिवार का डाटा आ कि किन्नी किन्नी किहदे कोलों फड़ी गई, हाँ जी, ते किन्नी किन्नी किहनूं सज़ा होई, ये भी सारा डाटा। आ एक आम आदमी पार्टी का हलका खेम करन दा आगू जी कोल 1,00,000 नशीलियां गोलियां फड़ियां गई। ये खेम करता जी, मैं दसन लगा तुहानू आप दे हलके दा 1,00,000 गोलियां आ नाल सरदार सरवण सिंह धुन साहब दे MLA साहब दे। हाँ जी, ये हुण दस दिया जे कि भी धुन साहब का कारोबार चलाउंदे आ जां मालविंदर सिंह कंग दा चलाउंदे जे किहदा चलाउंदे आ, ये तुसीं स्पष्ट कर दिया जी। अगे आ जाओ, सरवण सिंह धुन दे खासम खास आम आदमी पार्टी दे आगू सतनाम सिंह घरियाला। ये सतनाम सिंह घरियाला जिहड़े ने 11 अगस्त 2022 नूं 3 किलो हैरोइन दे नाल पुलिस इहनां नूं फड़दी ते नाल चर्चा की चलदी है कि धुन साहब का भनेवा जिहड़ा यादविंदर सिंह दुबली है वह भी उहदे च शामिल है। ये भी सारा कुछ बाहर आउंदा है, बाद च क्यों किवें नप्पिया गया, कौन सच्चा सी कौन झूठा सी, मैं इस पासे नहीं जाना चाहुंदा। आ सरवण सिंह धुन दे नाल जिहड़ी आ सतनाम सिंह दी फोटो आ, ते आ यादविंदर दी ते सतनाम सिंह दी आपस च फोटो। अगे आ जाओ जी, हलका खेमकरन दे पिंड बहादुर नगर दशमेश नगर दे मौजूदा सरपंच आम आदमी पार्टी दे आगू जसवंत सिंह कोलों वड्डे पद्धर ते जिहड़ी आ हैरोइन बरामद कीती, तां अंग्रेजी अखबार दी खबर है, ते देखो किड्डा सोहना लगदा आ। हाँ जी, ऐ तुहाडे सामने ही है ना, पुलिस हैगी है, फोटो हैगी है ना। हाँ जी, फड़िया। आ 2022 दीआं चोणां च जिहड़ा गोल दायरे च कीता होया आ, इस सरपंच नूं समुची पंचायत समेत कांग्रेस चों आम आदमी पार्टी च सरवण सिंह धुन होरी जसवंत सिंह सरपंच दशमेश नगर नूं आम आदमी पार्टी च शामिल कर रहे। आ इन्हां दे परिवार का डाटा। एक तुहां सुनिया होना राजीव भगत, सुनिया ने है सुन मेरा खत, तू तो सवाल बड़ा लिंदा रहा उदों। हाँ जी, हाँ मतलब गुरु भाजन अड़ तो बड़ी करनी पीती रही है ना, कभी शाटे थाने कभी स्टाफ, ठीक है ना। राजीव भगत जी का पोस्टर है थले लिखे राजीव भगत, ठीक है जिच की कहें ज्वाइन द रेवल्यूशन ज्वाइन आप, ठीक है। तो चंद की चाढ़े आ 15 करोड़ के नशे समेत जिहड़ा आ राजीव भगत जिहड़ा आम आदमी पार्टी का आगू आ वो काबू 15 करोड़ के नशीलियां गोलियां। तो होर जी सब तो वड्डी गल है, तो जो सब तो वड्डे बनते हैं ना धर्मपुत्र अपने इतने जोड़े हल्के मैं बैठा इतों तो ही मेरा ख्याल कि जोड़े है वो पुलिस होंगे ही आई जी कौर विजय प्रताप, कौर विजय प्रताप। आ कौर विजय प्रताप जी राजीव भगत जी गुलदस्ता भेट कर रहे हैं, तो मैं उदों भी स्पष्ट किया गल जी हैगी है जून 2021 की है, अजे उदों आई जी साहब पुलिस महकमे चे, तो मैं उस समय भी कहा शायद छड़ गए उदों आप छड़ गए, पर अजे आम आदमी पार्टी ज्वाइन नहीं सी की।
इन्हों का खासम खास सी, इन्होंने इनू जड़ाया आम आदमी पार्टी च पहलों भेजता सी भगत जी तुम चलो तुम मेरी गड्डी की तीन स्टारा वाली की आई जी वाली गड्डी की नशे हाथ पूरी वरतों करते रहे जे बड़ी सेवा मेरी की है लोगों की बड़ी सेवा की है नशे वाली तो कुंवर विजय प्रताप होर ने राजीव भगत होर आम आदमी पार्टी च शामिल कराता तो शामिल कौन कर रहे हैं जरनैल सिंह जी तो मीत हेयर राजीव भगत जी जो बड़े भगत है जो 15 करोड़ का एक टाइम उन्होंने को नशा फड़िया गया कोई ज्यादा नहीं 15 करोड़ का तो पता नहीं किन्ने 15 करोड़ 1500 करोड़ का नशे का कारोबार किया रख जा आ गई जी एक कथा सुन ली है अगली कथा है तो छोटिया छोटिया ही हैं नशा तस्करी दे दोष च आम आप आगू समेत 7 ते परचा है कि इन्होंने कारोबार की किया जिहड़ा दोषी फड़िया गया जिहदे कोल नशा फड़िया गया ये रामपुरा फूल हल्के दे हैगा जिथों बलकार सिंह सिद्धू आ उहदे खासम खास ने उन्होंने चंचलिया पुछगिछ दौरान कथित दोषी गुरबचन सिंह ने दस्सिया कि भुक्की दी ये खेप आम आदमी पार्टी के आगू वरिंदरजीत सिंह ते गुरचरण सिंह वासी कोठा गुरु के दे के गए सन ठीक है जी वो कि आने जिहड़े बलकार सिंह सिद्धू होरां दे नाल आ गई नज़र जो नज़र नहीं आउंदी यार दस्सदा करो ना आ गई है ना हाँ जी आ नाल आ वेखो आ दोवें खड़ोते आ जिहड़े इधर हाथ जिहड़ा है खब्बे हाथ भगवंत मान होर भी हैगी भगवंत मान होर भी हैगी ये फोटो फोटी खेडना ना अपना हाँ जी अगे आ जाओ श्री चमकौर साहब हल्के का एक सरगर्म आप वर्कर साथी समेत 1 किलो अफीम नाल काबू तो सांझ कि भगवंत सिंह मान होर चेतन सिंह जौड़ा माजरा जी नाल बंदा उधर हल्के का ही चमकौर साहब वाल रहने वाला आ आदि यदा नाँ है गुरप्रीत सिंह आ भगवंत मान होर आ जौड़ा माजरा जी के नाल किलो फीम भी फड़ी है हाँ जी आ अगे आ जाओ जी एक महापुरश हो रहा ये कोई अमरिंदर सिंह अनु बराड़ आ ये मीत प्रधान आ यूथ विंग आम आदमी पार्टी का फिरोजपुर का बेचारा 2-4 दिन पहलों नशे विरोधी जलूस कढ के आया वो भरा ने तो प्यो ने जलूस कढ़ता वो 600 ग्राम अफीम के नाल फड़े गए हर ठीक है जी आ देती खबर देती है ना वो जलूस कढ़ के आया भी नशा बंद होना चाहिए आ नशे का विरोध करके आया तो भापे ने तो भरा ने चंद चढ़ता आ लो जी अणु बराड़ होर जो स्टेटस है आ गया नजर क्योंकि माल ज्यादा है करके थोड़ी थोड़ी छेती नहीं बड़ी चली अगे आ जी एक अफीम समेत सबका जोड़ा आ सरपंच जिला यूथ प्रधान जसदीप सिंह हैरी झाड़ू पा आम आदमी पार्टी का अफीम नाल काबू तो फोटो कि भगवंत मान होर आ थले देखा जी गोलदार भगवंत मान होर बड़ा हस रहे ने हाँ जी ये दस दिया जी अगे एक होर है 250 ग्राम अफीम समेत आम आदमी पार्टी आगू काबू आ लो जी ना यह है प्रितपाल सिंह प्रितपाल सिंह तो फड़िया कदों आ डेट हैगी 5 जुलाई मेरा ख्याल ऐसे 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 कुछ दिन की है एक तुम पता होना कि हाईकोर्ट ने बड़ी वड्डी फटकार लाई सी पहली बार पंजाब की धरती उत्ते बोर्ड लगे एरो लगे कि नशा इधर मिलता है
इतना ही ना आओ ही देख लो ये दस दिया जी ये किधे राज च लगा सी देखो मैं एक बेनती करा कि आम आदमी पार्टी दावा करके आई सी कि असी तिना हफ्तिया च नशे नू नत्थ पा दें यही गल सी ना आख्या सी ना हुण एक बन्ने ते जदों आम आदमी पार्टी ने केवल ते केवल लंबे समय तो नशे ते सियासत कीती गुरु अज के तुसी सरकार दे विच बैठे जे तुहाडे बंदे चंद चाड़ी जांदे आ नवे तो नवा उन्हां दा किस्सा सामने आ रहा आ हांजी ते नशे नू तुसी रोकणा आ नशे नू नत्थ तुसी पाउणी आ ते नत्थ तुसी किहनूं पाई जांदे जे झोटे ने अभी पिंड सुनिया ही नहीं झोटे नत्थ मारनी है टब्बर सारा वक्त फड़िया हूँ भी झोटे नत्थ मारनी है कि नहीं इधर कर कि नहीं उधर कर साढ़े अर्गे न्याणे भी नहीं होते ही भी आते हैं भी झोटे नत्थ मारनी किमें मारते हैं झोटिया नत्था छोटे होंगे वजदियाँ देखिया आ पर पहली एर आया कि नशे के विरुद्ध लड़न वाले नशे के विरुद्ध आवाज बुलंद करने वाले परविंदर सिंह झोटे के नत्थ मार कल परविंदर सिंह झोटे ने फर्क अंदर नहीं किया मगरी एक लहर खड़ी हो रही थी जेडे लोग खड़े हो रहे थे जो नौजवान खड़े हो रहे थे उन्होंने भी दहशत पा दी कि भाई जे जुरत की तो झोटे वाला हाल करा मुंडिया जे माड़ा मोटा जज्बा भी हो तो मावं भैं घर जी उन्हों की लत्त फट देने खबरदार जे तू गया आ झोटे का हाल नहीं वेख्या तुम तो नशे के विरुद्ध लड़न वाले तो योजा कुछ करते जे हुण साडा सवाल जिहड़ा हैगा आ कि इन्होंने पता नहीं वो फोटो जिहड़ियां जी आ मजिठिया साहब सन्मानित कर रहे जी पता नहीं मेरी भी अग दिखाई जाते हैं हाँ जी तो मैं तो सन्मानित कल बीबी हरगोबिंद कौर नूं करके आया जिहड़ा यूथ विंग का प्रधान बनया सरबजीत सिंह झुंझर मेरे घर आया सी मैं उन्होंने भी सन्मानित किया इतने तो पता नहीं कि साडे कोल सन्मान गल च पा के जाते हैं ये दोषी हो गया हुण साडा तो सीधा जिहा सवाल है कि तुसी गद्दी सियासत करनों हट जाओ ताडे बंदे शरेआम रब भुल गए और अफसरां दे नाल पुलिस दे अफसरां नाल मिल के वड्डे पद्धर ते नशे का कारोबार कर रहे तुसी इन्हां इल्जामां तो बच नहीं सकते और ताडी मजबूरी बन गई है कि तुसी नशे का कारोबार रोकण की थान पर उस नशे के धंधे रोकने वाले के उत्ते कार्रवाई करनी शुरू कर दी है हम की मजबूरी है कि लोगों को दस दौ परविंदर सिंह झोटे के जिस बीबी ने मुकदमा दर्ज कराया उन्हें कहा कि मैं इतों धक्के करवाया किन्हें रद्द किया यह सरकार ने माफी मंगी ज किसी सरकार जां गृह मंत्री ने मुख्यमंत्री ने जिहड़े अफसर ने गलत दर्ज किया आ किसी तरह का कोई बयान दिता किसी तरह की उन्होंने विरुद्ध कार्रवाई की नशा बेचने वाले हल्लाशेरी दे रहे हैं जिहड़ा नशा रोकते हैं उन्होंने तुम कार्रवाई कर रहे इस करके साड़ी मोटी जी गल है इन्हां गल्लां च कोई फायदा नहीं जे सब तो पहले तो इस गल का जवाब दो कि तेजवीर सिंह नूं तुसीं अकाली दल दे नाल जोड़न की कोशिश की वो तो सत दिन रहा सत दिन प्रधान डाटा कर लिया जी हाँ जी उ साल बदी पहलों तो ताड़े ने 2022 मदद की है राजा सांसी मदद की है ताड़े बलदेव सिंह मेहदिया हलका राजा सांसी जिहड़ा हलका इंचार्ज है जिन्हें उतों इलैक्शन लड़ी राजा सांसी तो जिहड़ा मौजूदा पनग्रेन का चेयरमैन है वह खासम खास है यदा जवाब देने जो बनिया हफ्ते बाद ढांचा भंग हो गया हां जी 19 पता नहीं मेरा ख्याल है कि 19 अप्रैल
वह बनया 19 अप्रैल 2021 प्रधान बनया तो 26 अप्रैल 2021 सारा ढांचा भंग हो गया। तो नवे सिरों सरदार अर्शदीप सिंह रोबन बराड़ प्रधान बनाया गया, ढांचा भंग से। उस तो बाद किसी तरह का कोई अहुदा ही नहीं दिता। होंदा की है कि 30 अगस्त 2021 राणा कंदोवाली का तुम पता होना उत्थे यह भी फटड़ होंदा है, उसके करके पार्टी ने अपने आप में विड्रा करा कर लिया, तो भी विड्रा कर गया हूँ जी। आम आदमी पार्टी का पार्ट है और 2022 दी विधानसभा चोणों तो पार्ट है। सीधा सवाल तो सीधा जवाब असल चाह होंगी यार शुरू जी छड़ दो चली जानी है। हाँ जी हूँ चलन रही है ना, आया सोशल मीडिया भरया पाया आ तो हूँ आ भी चलाया जाए ना सोशल मीडिया आ भी भरया जे भी जो तेजवीर सिंह अकाली दल के एस ओ आई कोई संबंध नहीं 2022 दी विधानसभा चोणों तो वो आम आदमी पार्टी का सरगर्म आगू है। तो बलदेव सिंह मेहदिया हलका राजासांसी का खासम खा जिहड़ा हुण कि पणग्रेन का चेयरमैन है मौजूदा, हाँ जी आम आदमी पार्टी का वो आगू है। ओके जी, थैंक यू जी।